ਜਿਹਦੇ ਵਿੱਚ ਕਿ ਉਹਨੂੰ 11000 ਦਾ ਫਸਟ ਪ੍ਰਾਈਜ਼ ਨਿਕਲ ਸਕਦਾ ਹੈ। ਕੰਪਨੀ ਦਾ ਬੀ ਹੈ, ਪੱਕੇ ਬਿੱਲ ਦੇ ਰਹੇ ਹਾਂ। ਜਿਹੜੀ ਵੈਰਾਈਟੀ ਜੀਵ ਦਾ ਡਿਮਾਂਡ ਕਰਦਾ ਅਸੀਂ ਉਹੀ ਵੈਰਾਈਟੀ ਉਸ ਨੂੰ ਪ੍ਰੋਵਾਈਡ ਕਰਾਉਣੇ ਆ। ਦੇਖਣ ਵਾਲੇ ਸਾਰੇ ਵੀਰਾਂ ਦਾ ਸਵਾਗਤ ਕਰਦੇ ਆ। ਸੋ ਕਿਸਾਨ ਵੀਰੋ, ਜਿਵੇਂ ਕਿ ਆਪਾਂ ਨੂੰ ਨਰਮੇ ਦੀ ਫਸਲ ਜਿਹੜੀ ਆਉਣ ਵਾਲੀ ਆ, ਤਾਂ ਖੇਤੀਬਾੜੀ ਮਹਿਕਮਾ ਜਿਹੜਾ ਉਹ ਕੀ ਜ਼ੋਰ ਲਾ ਰਿਹਾ ਹੈ ਕਿ ਆਪਣੇ ਏਰੀਆ ਦੇ ਵਿੱਚ ਨਰਮਾ ਵਧੇ, ਤਾਂ ਜਿਹੜਾ ਪਾਣੀ ਦਾ ਪੱਧਰ ਆ ਉਹ ਨਾ ਥੱਲੇ ਜਾਵੇ। ਤਾਂ ਇਸ ਚੀਜ਼ ਨੂੰ ਪ੍ਰਮੋਟ ਕਰਨ ਵਾਸਤੇ ਇੱਕ ਦੁਕਾਨਦਾਰ ਆਪਣੇ ਗਰਗ ਫਰਟੀਲਾਈਜ਼ਰ ਮੁਕਤਸਰ ਦੇ ਵਿੱਚ 51 ਨੰਬਰ ਦੁਕਾਨ ਵਾਲੇ, ਉਹ ਨਰਮੇ ਨੂੰ ਨੋਖੇ ਢੰਗ ਨਾਲ ਪ੍ਰਮੋਟ ਕਰ ਰਹੇ ਆ, ਪੱਕੇ ਬਿੱਲ ਨਾਲ ਬੀਜ ਦੇ ਰਹੇ ਆ। ਸੋ ਆਪਾਂ ਸੰਜੀਵ ਜੀ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰੀਕੇ ਨਾਲ ਉਹ ਖੇਤੀਬਾੜੀ ਮਹਿਕਮੇ ਦੇ ਹਦਾਇਤਾਂ ਦੇ ਅਨੁਸਾਰ ਨਰਮੇ ਨੂੰ ਪ੍ਰਮੋਟ ਕਰ ਰਹੇ ਆ। ਸੋ ਸਤਿ ਸ਼੍ਰੀ ਅਕਾਲ ਬਾਬੂ ਜੀ। ਅਸੀਂ ਨਰਮੇ ਨੂੰ ਜਿਵੇਂ ਡਿਪਾਰਟਮੈਂਟ ਦੀਆਂ ਹਦਾਇਤਾਂ, ਨਰਮਾ ਵੱਧ ਤੋਂ ਵੱਧ ਲਗਵਾਇਆ ਜਾਵੇ, ਉਹਦੇ ਵਾਸਤੇ ਅਸੀਂ ਇੱਕ ਸਕਰੈਚ ਕੁੰਮ ਬਣਾਇਆ ਕਿ ਤਾਂ ਕਿ ਅਗਲੇ ਫਾਰਮਰ ਨੂੰ 20 ਪੈਕਟਾਂ ਦੇ ਖੇਤ 'ਤੇ ਅਸੀਂ ਸਕਰੈਚ ਕੁੰਮ ਦੇ ਰਹੇ ਹਾਂ, ਉਸ ਨੂੰ ਕੋਈ ਨਾ ਕੋਈ ਉਸ ਦੇ ਵਿੱਚ ਪ੍ਰਾਈਜ਼ ਨਿਕਲਦਾ। ਫਿਰ ਨਰਮਾ ਜਿਵੇਂ ਕਿ ਪਾਣੀ ਦਾ ਜਿਹੜਾ ਬਹੁਤ ਘੱਟ ਰਿਹਾ, ਮਤਲਬ ਕਿ ਸਤਰ ਪਾਣੀ ਦਾ, ਉਹਦੇ ਵਾਸਤੇ ਵੀ ਨਰਮਾ ਬਹੁਤ ਵਧੀਆ ਚੀਜ਼ ਹੈ ਜੀ ਫਾਰਮਰ ਨਰਮਾ ਲਗਾਉਂਦਾ ਤਾਂ। ਫਿਰ ਇਹ ਐਲ ਵੀ ਜਿਹੜੀ ਇੱਕ ਜਿਮੀਦਾਰ ਥੋੜ੍ਹਾ ਜਿਹਾ ਘਬਰਾਹਟ ਦੇ ਵਿੱਚ ਇਹ ਐਲ ਵੀ ਜਿਹੜੀ ਪਿੰਕ ਵਰਮ ਆ ਰਹੀ ਹੈ ਉਹਦੇ ਕਰਕੇ ਐਲ ਵੀ ਅਸੀਂ ਉਹਨਾਂ ਨੂੰ ਇਹ ਸਮਝਾ ਰਹੇ ਹਾਂ ਲਈ ਪਿੰਕ ਵਰਮ ਤੋਂ ਡਰਨ ਦੀ ਕੋਈ ਲੋੜ ਨਹੀਂ। ਡਿਪਾਰਟਮੈਂਟ ਦੇ ਮੁਤਾਬਕ ਆਪਾਂ ਕੀੜੇ ਮਾਰ ਦਵਾਈਆਂ ਕਰਕੇ ਇਸ ਦੀ ਰੋਕਥਾਮ ਕਰ ਸਕਦੇ ਹਾਂ। ਜਦੋਂ ਵੀ 40 ਦਿਨ ਤੋਂ ਬਾਅਦ ਮਤਲਬ ਕਿ ਫਲਾਵਰਿੰਗ ਸਟੇਜ 'ਤੇ ਨਰਮਾ ਆਉਂਦਾ ਹੈ, ਅਸੀਂ ਉਹਦੇ 'ਚ ਸਪਰੇਅ ਕਰ ਦਈਏ ਤਾਂ ਨਰਮਾ ਬਹੁਤ ਵਧੀਆ ਹੋ ਸਕਦਾ। ਤਾਂ ਇਸ ਕਰਕੇ ਲਈ ਇੱਕ ਇਹ ਵੀ ਐਲ ਵੀ ਗੱਲ ਇਸ ਦੇ ਵਿੱਚ ਨਰਮੇ ਦਾ ਰੇਟ ਹੈ ਜਿਹੜਾ ਕਿ ਆਪਾਂ ਦੇਖ ਰਹੇ ਹਾਂ ਲਈ 12000 ਰੁਪਏ ਤੱਕ ਪਰ ਕੁਇੰਟਲ ਨਰਮਾ ਵਿਕ ਚੁੱਕਿਆ। ਆਪਾਂ ਜੇ ਜਿਮੀਦਾਰ ਨਰਮਾ ਵੱਧ ਤੋਂ ਵੱਧ ਲਵਾਵਾਂਗੇ, ਇੱਕ ਤਾਂ ਆਪਾਂ ਨੂੰ ਜਿਮੀਦਾਰ ਦੀ ਉਹਦੇ ਨਾਲ ਇਨਕਮ ਵਧੇਗੀ, ਔਰ ਇੱਕ ਜਿਹੜਾ ਪਾਣੀ ਦਾ ਸਤਰ ਦਿਨੋਂ ਦਿਨ ਥੱਲੇ ਜਾ ਰਿਹਾ ਉਹ ਵੀ ਘਟੇਗਾ। ਮਤਲਬ ਜਿਹੜਾ ਸਕਰੈਚ ਕੂਪਨ ਹੈ ਜਿਹਦੇ ਬਾਰੇ ਦੱਸੋਗੇ ਜੀ ਕਿਸ ਤਰੀਕੇ ਨਾਲ ਤੁਸੀਂ ਬਣਵਾਇਆ ਜੀ? ਅਸੀਂ ਸਕਰੈਚ ਕੂਪਨ ਦੇ ਵਿੱਚ ਇਹ ਬਣਾਇਆ ਲੈ ਵੀ ਜੋ ਵੀ ਜਿਮੀਦਾਰ 20 ਪੈਕਟ ਦੀ ਖਰੀਦ ਕਰਦਾ ਹੈ ਜੀ, ਅਸੀਂ ਉਹਨੂੰ ਇੱਕ ਸਕਰੈਚ ਕੂਪਨ ਦਿੰਦੇ ਹਾਂ ਜੀ, ਜਿਹਦੇ ਵਿੱਚ ਵੀ ਜਿਸ ਵਿੱਚ ਉਹਨੂੰ 200 ਤੋਂ ਲੈ ਕੇ 4000 ਰੁਪਏ ਤੱਕ ਦਾ ਪ੍ਰਾਈਜ਼ ਨਿਕਲਦਾ। ਠੀਕ ਹੈ ਜੀ। ਔਰ ਅਸੀਂ ਇੱਕ ਇਹਦੇ ਵਿੱਚ ਇਹ ਵੀ ਕੀਤਾ ਜੇ ਜੋ ਕੋਈ ਫਾਰਮਰ 25000 ਰੁਪਏ ਤੱਕ ਦੀ ਪਰਚੇਜ਼ ਕਰਦਾ ਜੀ, ਉਹਦਾ ਅਸੀਂ ਇੱਕ ਲੱਕੀ ਡਰਾ ਵੀ ਪਾਉਣੇ ਆ ਜਿਹਦੇ ਵਿੱਚ ਕਿ ਉਹਨੂੰ 11000 ਦਾ ਫਸਟ ਪ੍ਰਾਈਜ਼ ਨਿਕਲ ਸਕਦਾ, 5200 ਰੁਪਏ ਸੈਕੰਡ ਪ੍ਰਾਈਜ਼, 3100 ਰੁਪਏ ਦਾ ਥਰਡ ਪ੍ਰਾਈਜ਼ ਨਿਕਲ ਸਕਦਾ। ਠੀਕ ਹੈ। ਜਿਵੇਂ ਕਿ ਤੁਸੀਂ ਨਾਮ ਦੱਸਿਆ ਜੀ, ਤਾਂ ਜਿਹੜਾ ਨਰਮੇ ਦੀ ਪੈਕਟ ਦਾ ਜਿਹੜਾ ਖਰੀਦ ਮੁੱਲ ਹੈ ਉਹ ਤੁਸੀਂ ਵਧਾਇਆ ਜਾਂ ਉਹ? ਨਾ ਜੀ ਨਾ, ਬਿਲਕੁਲ ਫਿਕਸ ਰੇਟ ਹੀ ਹੈ, 810 ਰੁਪਏ ਜਿਹੜਾ ਕੋਈ ਗਵਰਨਮੈਂਟ ਦਾ ਰੇਟ ਹੈ ਅਸੀਂ ਉਸੇ ਰੇਟ 'ਤੇ ਦੇ ਰਹੇ ਹਾਂ ਸਰ। ਇਹ ਅਸੀਂ ਬਿਲਕੁਲ ਪੱਕੇ ਬਿੱਲ 'ਤੇ ਦੇ ਰਹੇ ਹਾਂ, ਕੰਪਨੀ ਦਾ ਬੀਜ ਹੈ। ਹਾਂ, ਕੰਪਨੀ ਦਾ ਬੀਜ ਹੈ, ਪੱਕੇ ਬਿੱਲ 'ਤੇ ਦੇ ਰਹੇ ਹਾਂ। ਜਿਹੜੀ ਵੈਰਾਈਟੀ ਜਿਵੇਂ ਦਾ ਡਿਮਾਂਡ ਕਰਦਾ ਅਸੀਂ ਉਹੀ ਵੈਰਾਈਟੀ ਉਸ ਨੂੰ ਪ੍ਰੋਵਾਈਡ ਕਰਾਉਣੇ ਆ। ਠੀਕ ਹੈ। ਸੋ ਕਿਸਾਨ ਵੀਰੋ, ਜਿਵੇਂ ਕਿ ਸੰਜੀਵ ਜੀ ਨੇ ਦੱਸਿਆ ਕਿ ਤੁਸੀਂ ਨਰਮੇ ਦਾ ਕੋਈ ਵੀ ਬੀਜ ਲੈਣਾ, ਤੁਹਾਨੂੰ ਕਿਸੇ ਵੀ ਮਰਜ਼ੀ ਕੰਪਨੀ ਦਾ ਤੁਹਾਡੀ ਡਿਮਾਂਡ ਹੈ, ਆਪਦੇ ਖੇਤ ਦੇ ਹਿਸਾਬ ਨਾਲ ਤੁਸੀਂ ਉਹਨੂੰ ਖਰੀਦ ਸਕਦੇ ਹੋ, ਪੱਕੇ ਬਿੱਲ ਨਾਲ ਮਿਲੂਗਾ, ਸਰਕਾਰੀ ਰੇਟ ਜੋ ਗਵਰਨਮੈਂਟ ਨੇ ਤੁਹਾਨੂੰ ਦਿੱਤਾ ਉਹੀ ਰੇਟ 'ਤੇ ਮਿਲੂਗਾ। ਜੇਕਰ ਕੋਈ ਸਕਰੈਚ ਕੂਪਨ ਤੁਸੀਂ ਕਰਦੇ ਹੋ ਉਹਦੇ ਵਿੱਚ ਕੋਈ ਸਕੀਮ ਤੁਹਾਨੂੰ ਮਿਲਦੀ ਹੈ ਤਾਂ ਤੁਹਾਨੂੰ ਉਹ ਸਕੀਮ ਵੀ ਜਿਹੜੀ ਮੌਕੇ 'ਤੇ ਉਹ ਮੁਹੱਈਆ ਕਰਵਾਈ ਜਾਊਗੀ। ਤਾਂ ਤੁਸੀਂ ਕੀ ਆ ਕਿਸੇ ਵੀ ਤਰ੍ਹਾਂ ਦਾ ਬੀਜ, ਫਰਟੀਲਾਈਜ਼ਰ, ਕੋਈ ਸਪਰੇਅ ਲੈਣ ਵਾਸਤੇ ਗਰਗ ਫਰਟੀਲਾਈਜ਼ਰ ਮੁਕਤਸਰ 51 ਨੰਬਰ ਦੁਕਾਨ ਦਾਣਾ ਮੰਡੀ ਦੇ ਵਿੱਚ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ, ਨੰਬਰ ਜਿਹੜਾ ਉਹ ਸਕਰੀਨ ਦੇ ਉੱਪਰ ਚੱਲ ਰਿਹਾ। ਤਾਂ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ।